ਆਪ ਯਕਨ ਫੇਨ ਹੋਈ ਆ ਨੰਗਣੀ ਵੀ ਭਰਾ ਨਹੀਂ ਤੇ ਭਤੀਜੀ ਇਹਨਾਂ ਨੂੰ ਕੁੱਟ ਕੇ ਕੱਲ ਨੂੰ ਮਾਰੀ ਦੇਣ ਤੇ ਨਾਲੀ ਦੇ ਵੀ ਸੱਟਾਂ ਲੱਗਿਆ ਮੇਰੀ ਰਟਾਂ ਤੇ ਲੱਗੀ ਆ ਦੇ ਗੁੱਟੀ ਸੁਖਮਿੰਦਰ ਸਿੰਘ ਭਾਜੀ ਕੀ ਮਾਮਲਾ ਕੀ ਹੈ ਜੀ ਆਪਣੀ ਹੋ ਜਾਂਦਾ ਹੈ ਨਾ ਤੇ ਆਪਣਾ ਤੁਹਾਡੇ ਵੱਲ ਨਹੀਂ ਆਉਣਾ ਤੇ ਉਹਨਾਂ ਨੇ ਮਸ਼ੀਨ ਲੰਘਾਈ ਇਹਨਾਂ ਕਹਿੰਦਾ ਤੁਸੀਂ ਸਾਡਾ ਬੰਦਾ ਕੋਈ ਆਉਣੀ ਨੀ ਆਪਣੀ ਤੇ ਮਸ਼ੀਨ ਹੀ ਲੰਘਾਲੀ ਇਹਨਾਂ ਨੇ ਏਦਾਂ ਗੱਲ ਕੀਤੀ ਮਤਲਬ ਕਿੱਦਾਂ ਲੱਗ ਪਏ ਕਹਿੰਦੇ ਭਰਾ ਤੇ ਜਿੱਦਾਂ ਇਹਨਾਂ ਦਾ ਭਤੀਜਾ ਤੇ ਉਹ ਭਰਾ ਆ ਕੇ ਇਹਨਾਂ ਨੂੰ ਪਤਾ ਲੱਗ ਪਿਆ ਅੱਛਾ ਕੋਈ ਮਾਰੀ ਸੱਟ ਪੱਟੀਆਂ ਪੁੱਟੀਆਂ ਕਰਾਈਆਂ ਕਹਿੰਦੇ ਐਕਸਰਾ ਵਗੈਰਾ ਹੋਣਾ ਅੱਛਾ ਤੇ ਇਹ ਕਿੰਨੇ ਕੁ ਟਾਈਮ ਸੀਗਾ ਜਦੋਂ ਇਹ ਲੜਾਈ ਝਗੜਾ ਹੋਇਆ ਸਾਰਾ ਚਾਰ ਕੁ ਨਾਲ ਲੜੇ ਆ ਪੰਜ ਕੁ ਸਾਢੇ ਕੁ ਚਾਰ ਵਜੇ ਸਵਾ ਚਾਰ ਫੋਨ ਆਇਆ ਇਹਨਾਂ ਦਾ ਅੱਛਾ ਲੈ ਕੇ ਅੱਛਾ ਤੇ ਤੁਹਾਡੇ ਵੱਲ ਕੋਈ ਲਿਖਤੀ ਰੂਪ ਦੇ ਵਿੱਚ ਕੰਪਲੇਂਟ ਦਿੱਤੀ ਗਈ ਭਾਜੀ ਪੁਲਿਸ ਨੂੰ ਮਾਰ ਕੁਟਾਈ ਕੀਤੀ ਨਾਂ ਵਗੈਰਾ ਕੁਛ ਪਤਾ ਗੁਰਦੀਪ ਸਿੰਘ ਲੜਾਈ ਦਾ ਕਾਰਨ ਕੀ ਸੀਗਾ ਅੰਕਲ ਕਾਂਦ ਉਹ ਨਾਂਗਾ ਨੇ ਸਾਨੂੰ ਨੰਗਣ ਨਹੀਂ ਦਿੰਦੇ ਅੱਛਾ ਰਸਤੇ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਸਾਰਾ ਤੇ ਕਦੋਂ ਗੱਲ ਕਦੋਂ ਹੋਈ ਸੀਗੀ 4 ਵਜੇ ਦੀ ਗੱਲ ਅੱਜ ਦੁਪਹਿਰ ਨੂੰ ਕਰੋ ਹਾਂ ਸਾਹਮਣੇ 4 ਵਜੇ ਅੱਛਾ ਗੁਰਦੀਪ ਸਿੰਘ ਅੱਛਾ ਇੱਕ ਨਾਂ ਹੈਗਾ ਦਮਨ ਦਮਨ ਤੇ ਤੁਹਾਡੇ ਵੱਲੋਂ ਜਿਹੜਾ ਕੋਈ ਪੁਲਿਸ ਕੰਪਲੇਂਟ ਨਹੀਂ ਕੀਤੀ ਗਈ ਅੰਕਲ ਮੌਕੇ ਤੇ ਪੁਲਿਸ ਆਈ ਸੀ ਅੰਕਲ ਜੀ ਨਹੀਂ ਆਈ ਕੋਈ ਕੰਪਲੇਂਟ ਕੀਤੀ ਗਈ ਤੁਹਾਡੇ ਵੱਲ ਪੁਲਿਸ ਵੱਲੋਂ ਉਹ ਮੈਂ ਕਰਕੇ ਰਹਾ ਹੀ ਆਈ ਨਹੀਂ ਹੈ ਤੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਨਾਂਬੜਾ ਲੱਗਦਾ ਅਰੇ ਕਈ ਮਾਰੀ ਇੱਕ ਦੇ ਹੱਥ ਕਈ ਇੱਕ ਨੂੰ ਉੱਤਾ ਫੜ ਲਿਆ ਅੱਛਾ ਜੀ ਪਕੰਜਾ ਮਾਰ ਮਾਰ ਕੋ ਬਹੀ ਨਹੀਂ ਹੁੰਦੇ ਇਦਾਂ ਮਾਰ ਮਾਰ ਜੀ 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 ਅਰੇ ਗੋਡੇ ਵੀ ਅਰਗੜੇ ਨੇ ਪੰਜਾਂਵੇਂ ਪੱਟੀ ਨਹੀਂ ਅੰਕਲ ਇਹ ਥਾਂ ਜਿਹੜਾ ਤੁਸੀਂ ਕਹਿੰਦੇ ਪਏ ਆ ਕਿ ਮਤਲਬ ਕੋਈ ਜਿਹੜੀ ਪੁਰਾਣੀ ਜਿਹੜੀ ਜਗ੍ਹਾ ਜੁਗਾ ਹੈਗੀ ਏ ਉਸ ਚੀਜ਼ ਨੂੰ ਲੈ ਕੇ ਰੰਜਿਸ਼ਾ ਕੋਈ ਤਾਂ ਨਹੀਂ ਇਦਾਂ ਵੀ ਲਿਖਿਆ ਹੋਇਆ ਤੇ ਰਾਹ ਨੂੰ ਹਰ ਇੱਕ ਹੀ ਲੰਘੇ ਉਹ ਵੀ ਲੰਘੇ ਮਾਈ ਅੱਛਾ ਤੁਹਾਨੂੰ ਰਾਸਤਾ ਮਕਾਨ ਨੂੰ ਘਰ ਜਾਣ ਨੂੰ ਰਾਸਤਾ ਨਹੀਂ ਦੇ ਰਿਹਾ ਹੈਗੇ ਨਹੀਂ ਦੇ ਰਿਹਾ ਕਹਿੰਦਾ ਲੰਘਣ ਹੀ ਦੇਣਾ ਅੱਛਾ ਅੱਛਾ ਜੁਆਇੰਟ ਫੈਮਿਲੀ ਰਹਿੰਦੇ ਸੀਗੇ ਤੁਸੀਂ ਪਹਿਲਾਂ ਹਾਂਜੀ ਖੂਟੇ ਰਹਿੰਦੇ ਆ ਤੇ ਮੇਰੇ ਡੇਰੇ ਆ ਲਾਣ ਕੇ ਉਹਨਾਂ ਢਾ ਦਿਆ ਅੱਛਾ ਖੂਟੇ ਆ ਜਿੱਥੇ ਮੇਰੀ ਕੋਠੀ ਆ ਹਾਂਜੀ ਦੂਏ ਪਾਸੇ ਨੂੰ ਮਗਲੇ ਪਾਸੇ ਮਨੂ ਹਰੇ ਆਣ ਕੇ ਢਾ ਕਿੱਥੇ ਤੁਹਾਡਾ ਕਿੱਥੇ ਮਕਾਨ ਕਿੱਥੇ ਅੰਦਰ ਕਿਹੜੀ ਜਗ੍ਹਾ ਤੇ ਆ ਬਸੇਖਾ ਪੱਠਿਆ ਕਰ ਅੱਛਾ ਤੇ ਲੜਾਈ ਝਗੜਾ ਕਿੱਥੇ ਹੋਇਆ ਵਾ ਉੱਥੇ ਚਲੇ ਦੇ ਮੋਢੇ ਸਾਡੇ ਡੇਰੇ ਆਣ ਕੇ ਢਾ ਲਿਆ ਮੈਨੂੰ ਤੁਹਾਡੇ ਘਰ ਦੇ ਬਾਹਰ ਆ ਕੇ ਹੋਰ ਰਹਿੰਦੇ ਨੇ ਤੁਹਾਡੇ ਨਾਲ ਹੀ ਰਹਿੰਦੇ ਉਹ ਦੂਏ ਸਾਈਡ ਨੂੰ ਆ ਅੱਛਾ ਉਹ ਦੂਏ ਸਾਈਡ ਨੂੰ ਜਿੱਦਾਂ ਇਹ ਪਾਸੇ ਨੂੰ ਸਾਡਾ ਇਹ ਪਾਸੇ ਤੇ ਹੁਣ ਕੀ ਮੰਗ ਕੀ ਕਰਦੇ ਹੋ ਅੰਕਲ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਉਹਨਾਂ ਦਾ ਆਵੇ ਮੈਨੂੰ ਤੋਂ ਮਾਰ ਨੂੰ ਫੇਰ ਤੇ ਉਹਨਾਂ ਦਾ ਕਾਰੋਬਾਰੀ ਕੀਤੀ ਜਾਵੇ ਉਹਨਾਂ ਦੇ ਕਾਰਵਾਈ ਕਰਵਾਉਣਾ ਚਾਹੁੰਦੇ ਤੁਸੀਂ ਨਾ ਜੀ ਕਿਹੜਾ ਥਾਣਾ ਕਿਹੜਾ ਪੈਂਦਾ ਅੰਕਲ ਲਾਂਬੜਾ